ਹੋਇਆ ਕੀ ਪਤਾ ਨੀ, ਗੱਡੀ ਸਿਮਟ ਆਈ ਆ ਕਹਿੰਦੇ ਦੋ ਜਾਣੇ ਆ। ਅੱਛਾ, ਉੱਤਰ ਗਾਉਣਾ ਗੋਲੀ ਚਲਾਉਣੀ ਇੱਦਾਂ ਤੂੰ ਚਾਲੂ ਕਰਦੀ ਆ ਤੇ ਲਾਗੇ ਗਵਾਂਢ ਮੁੰਡਾ। ਅੱਜ ਸ਼ਾਮ ਦੇ ਟਾਈਮ ਇੱਕ ਸਿਫਟ ਗੱਡੀ ਜਿਹੜੀ ਆ ਇਹਦੀ ਹਣੀ ਮਾਜਦੀ ਦੁਕਾਨ ਦੇ ਸਾਹਮਣੇ ਆ ਜਾ। ਦੇਖੋ ਜੀ, ਹਨੀ ਮਹਾਜਨ ਤੇ ਉਹ ਆਪਣੀ ਦੁਕਾਨ ਤੇ ਬੈਠਾ ਸੀ ਤੇ ਦੋ ਕੁਛ ਬੰਦੇ ਆਏ ਆ, ਉਹਨਾਂ ਨੇ ਫਟਾਫਟ ਆਉਂਦੇ ਕੁਛ ਨਹੀਂ ਬੋਲੇ ਫਾਇਰਿੰਗ ਕਰਦੀ ਆ ਅਤੇ ਇੱਕ ਦੇ ਸਿਰ 'ਤੇ ਸੱਟ ਲੱਗੀ ਆ, ਹਨੀ ਦੀਆਂ ਲੱਤਾਂ 'ਤੇ ਸੱਟ ਲੱਗੀ ਆ। ਅਤੇ ਮੈਂ ਤਾਂ ਇਹੀ ਕਹਿੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਢਿੱਲੇ ਨਹੀਂ ਰਹਿਣਾ ਚਾਹੀਦਾ, ਉਹਨਾਂ ਨੂੰ ਸਖਤ ਜੋ ਬੰਦੀ ਆ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਆ। ਉਹਨਾਂ 'ਤੇ ਜੋ ਬੰਦੀ ਕਾਰਵਾਈ ਇਨਸਾਫ ਦਿਵਾਉਣਾ ਚਾਹੀਦਾ ਬੰਦੇ ਨੂੰ। ਆਪਣੇ ਸਾਡੇ ਸ਼ਹਿਰ 'ਚ ਬਹੁਤ ਮਾੜਾ ਕੰਮ ਹੁੰਦਾ, ਇਹ ਗੁੰਡਾਗਰਦੀ ਖਤਮ ਕਰਨੀ। ਹਨੀ ਮਹਾਜਨ ਜਿਹੜਾ ਸੀ ਸ਼ਿਵ ਸੈਨਾ ਹਿੰਦੁਸਤਾਨ ਦਾ ਉੱਤਰ ਭਾਰਤ ਪ੍ਰਮੁੱਖ ਸੀ, ਸਾਡੇ ਦੁਆਰਾ ਵਾਰ ਵਾਰ ਪੁਲਿਸ ਨੂੰ ਸੁਚੇਤ ਕਰਨ 'ਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਣ 'ਤੇ ਕਿ ਹਿੰਦੂ ਨੇਤਾ ਜਿਹੜੇ ਨੇ ਇਸ ਵੇਲੇ ਨਿਸ਼ਾਨੇ 'ਤੇ ਵੇ, ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਕਸ਼ਨ ਆ ਨਹੀਂ ਲਿਆ। ਅਸੀਂ ਪੁਲਿਸ ਦੇ ਇਸ ਕਾਲ ਦੇ ਪੂਰੇ ਵਿਰੋਧੀ ਹਾਂ ਅਤੇ ਅਸੀਂ ਇਹ ਕਹਿੰਦੇ ਹਾਂ ਕਿ ਸੁਬਾਹ ਜਿਹੜੀ ਆ ਕੱਲ੍ਹ ਜਿਹੜੀ ਸਵੇਰ ਹੋਏਗੀ, ਕੱਲ੍ਹ ਦੇ ਦਿਨ ਸਾਰੀਆਂ ਜਿਹੜੀਆਂ ਸ਼ਿਵ ਸੈਨਾ ਪੰਜਾਬ ਦੀਆਂ ਉਹ ਧਾਰੀਵਾਲ ਦੇ ਵਿੱਚ ਇਕੱਠਾ ਹੋ ਕੇ ਪੁਲਿਸ ਦਾ ਜਿਹੜਾ ਵਾ ਪ੍ਰਦਰਸ਼ਨ ਕਰਨਗੀਆਂ, ਪੁਲਿਸ ਦਾ ਜਿਹੜਾ ਪਿੱਟ ਸਿਆਪਾ ਕਰਨਗੀਆਂ। ਅੱਜ ਘਟਨਾ ਕੀ ਹੋਈ ਜੀ? ਅੱਜ ਦੀ ਜਿਹੜੀ ਘਟਨਾ ਹੋਈ ਆ ਉਹ ਇਹ ਹੋਈ ਆ ਕਿ ਹਨੀ ਮਹਾਜਨ ਜਦੋਂ ਆਪਣੀ ਦੁਕਾਨ 'ਤੇ ਖੜ੍ਹਾ ਸੀ, ਸਾਹਮਣੇ ਇੱਕ ਸਵਿਫਟ ਗੱਡੀ ਆ ਗਈ, ਉਹਦੇ 'ਚੋਂ ਦੋ ਜਿਹੜੇ ਨੌਜਵਾਨ ਉਤਰੇ ਆ, ਉਹਨਾਂ ਨੇ ਸੜਕ ਦੇ ਦੂਸਰੇ ਪਾਸੇ ਖੜ੍ਹੇ ਹੋ ਕੇ ਅੰਧਾਧੁੰਦ ਜਿਹੜੀ ਫਾਇਰਿੰਗ ਕੀਤੀ ਆ। ਅਤੇ ਹਨੀ ਮਹਾਜਨ ਦੇ ਜਿਹੜੇ ਨਾਲ ਦੀ ਦੁਕਾਨ ਦਾ ਇੱਕ ਜਿਹੜਾ ਲੜਕਾ ਅਸ਼ੋਕ ਸੀ, ਉਹਦੇ ਸਿਰ 'ਚ ਗੋਲੀ ਲੱਗਣ ਨਾਲ ਉਹਦੀ ਤਾਂ ਮੌਕੇ 'ਤੇ ਹੀ ਡੈਥ ਹੋ ਗਈ ਆ। ਹਨੀ ਮਹਾਜਨ ਦੇ ਜਿਹੜੀਆਂ 3 ਗੋਲੀਆਂ ਜਿਹੜੀਆਂ ਉਹਦੀਆਂ ਲੱਤਾਂ 'ਤੇ ਲੱਗੀਆਂ ਨੇ। ਹਨੀ ਮਹਾਜਨ ਨੂੰ ਗੁਰਦਾਸਪੁਰ ਸਿਵਲ ਹਸਪਤਾਲ 'ਚ ਅਸੀਂ ਲੈ ਕੇ ਆਏ ਸੀ ਅਤੇ ਡਾਕਟਰ ਸਾਹਿਬ ਨੇ ਇੱਥੋਂ ਉਹਨਾਂ ਨੂੰ ਅੰਮ੍ਰਿਤਸਰ ਸਕਾਡ ਦੇ ਵਿੱਚ ਰੈਫਰ ਕਰਤਾ ਵਾ। ਬਾਕੀ ਇਹ ਸਾਰੀ ਪੁਲਿਸ ਦੀ ਜਿਹੜੀ ਆ ਨਾਕਾਮੀ ਦਾ ਸਬੂਤ ਆ, ਕਿਉਂ ਸਾਨੂੰ ਨਹੀਂ ਪਤਾ ਕੀ ਚੱਕਰ ਆ। ਪੁਲਿਸ ਜਿਹੜੀ ਆ ਹਿੰਦੂ ਨੇਤਾਵਾਂ ਨੂੰ ਕਿਉਂ ਡਰਾਉਣਾ ਚਾਹੁੰਦੀ ਆ ਜਾਂ ਇਹਨਾਂ 'ਤੇ ਕਿਉਂ ਐਸਾ ਵਾਰ ਵਾਰ ਕਰਨਾ ਚਾਹੁੰਦੀ ਆ? ਜੇ ਪੁਲਿਸ ਨੇ ਹਨੀ ਮਹਾਜਨ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਜਿਹੜੀ ਆ ਘਟਨਾ ਘਟੀ ਆ ਨਾ ਘਟਦੀ। ਉਹਨਾਂ ਕੋਲ ਗਨਮੈਨ ਹੁੰਦੇ ਸੀ ਨਹੀਂ? ਉਹਨਾਂ ਕੋਲ ਬਿਲਕੁਲ ਸੀ ਗਨਮੈਨ ਸੀ, ਪਰ ਜਿਹੜੀ ਆ ਪ੍ਰਸ਼ਾਸਨ ਨੇ ਗਨਮੈਨ ਜਿਹੜੇ ਅੱਜ ਤੋਂ ਕੋਈ 5-4 ਮਹੀਨੇ ਪਹਿਲਾਂ ਜਿਹੜੇ ਵਿਦਡਰਾ ਕਰ ਲਏ ਸੀ। ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਸੁਚੇਤ ਕੀਤਾ, ਉਹਨਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਜਿਹੜੀ ਆ ਅਕਸਰ ਗਤੀਵਿਧੀਆਂ ਕਰਕੇ ਜਿਹੜੀ ਆ ਕੱਟੜਪੰਥੀਆਂ ਦੇ ਜਿਹੜੀਆਂ ਨਿਸ਼ਾਨੇ 'ਤੇ ਰਹਿੰਦੀ ਆ, ਪਰ ਪੁਲਿਸ ਦੇ SSP ਸਾਹਿਬ ਦੇ ਜਿਹੜੇ ਕੰਨ 'ਤੇ ਕੋਈ ਜੂ ਨਹੀਂ ਰੁਕੀ, ਉਹਨਾਂ ਨੇ ਕਿਸੇ ਗੱਲ ਦਾ ਕੋਈ ਵਿਸ਼ਵਾਸ ਕੁਛ ਨਹੀਂ ਕੀਤਾ, ਉਹਦਾ ਨਤੀਜਾ ਜਾ ਭੁਗਤਣਾ ਪਿਆ। ਅੱਜ ਜਦੋਂ ਅਸੀਂ ਹੋਸਪਿਟਲ 'ਚ ਆਏ ਹਾਂ, ਸਾਡੇ ਹੋਸਪਿਟਲ ਦੇ ਆਉਣ 'ਤੇ ਘੱਟੋ ਘੱਟ ਅੱਧੇ ਘੰਟੇ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਆ ਇਸ ਗੁਰਦਾਸਪੁਰ ਹੋਸਪਿਟਲ 'ਚ ਪੁੱਜਿਆ, ਜਦਕਿ ਸਾਹਿਬ ਦਾ ਦਫ਼ਤਰ ਵੀ ਇੱਥੇ ਆ, ਡਿਪਟੀ ਸਾਹਿਬ ਦਾ ਦਫ਼ਤਰ ਵੀ ਇੱਥੇ ਆ। 5 ਮਿੰਟ ਦਾ ਕੰਮ ਆ, ਪਰ ਅੱਧੇ ਘੰਟੇ ਬਾਅਦ ਜਿਹੜੀ ਪੁਲਿਸ ਇੱਥੇ ਪੁੱਜੀ ਆ। ਮੈਂ ਪੁਲਿਸ ਦੀ ਜਿਹੜੀ ਆ ਬੜੀ ਜਿਹੜੀ ਆ ਗਲਤ ਜਿਹੜੀ ਆ ਨੀਤੀ ਆ,
ਉਹਦੀ ਅਸੀਂ ਵਿਰੋਧ ਕਰਨੇ ਹਾਂ। ਅਤੇ ਜਿਹੜੀ ਸਾਡੀ ਅਗਲੀ ਰਣਨੀਤੀ ਆ ਉਹ ਸਾਡੇ ਜਿਹੜੇ ਸਾਡੇ ਰਾਸ਼ਟਰੀ ਪ੍ਰਧਾਨ ਨੇ ਸਵੇਰੇ ਧਾਰੀਵਾਲ 'ਚ ਜਦੋਂ ਇਕੱਠੇ ਹੋਣਗੇ ਉਹਦੀ ਜਿਹੜੀ ਅਗਲੀ ਰਣਨੀਤੀ ਜਿਹੜੀ ਅਸੀਂ ਗਾਂਹ ਬਣਾਵਾਂਗੇ।